ਜੈਸਮਿਨ ਸੈਂਡਲਸ ਨੇ ਆਖਿਰ ਗੈਰੀ ਸੰਤੂ ਨੂੰ ਕਰ ਦਿੱਤਾ ਜਾਂ ਮਾਫ ਜੈਸਮਿਨ ਨੇ ਪੋਸਟ ਸ਼ੇਅਰ ਕਰਕੇ ਕਹਿ ਦਿੱਤੀ ਆ ਫੱਟੀ ਗੱਲ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਵੀਡੀਓ ਦੇ ਅਖੀਰ ਤੱਕ ਜਰੂਰ ਬਣੇ ਰਹੋ ਕਿਉਂਕਿ ਇੱਕ ਵਾਰ ਫਿਰ ਤੋਂ ਲੈ ਕੇ ਹਾਸਰਾਂ ਤੁਹਾਡੇ ਲਈ ਫੱਟੀ ਜਾਣਕਾਰੀ ਜੈਸਮਿਨ ਸੈਂਡਲਸ ਪੰਜਾਬੀ ਇੰਡਸਟਰੀ ਦੀਆਂ ਟੋਪ ਗਾਇਕਾਵਾਂ ਦੇ ਵਿੱਚੋਂ ਇੱਕ ਹੈ ਜੈਸਮਿਨ ਉਹ ਨਾਮ ਹੈ ਜੋ ਕਿਸੇ ਜਾਣ ਪਹਿਚਾਨ ਦਾ ਮੁਹਤਾਜ ਨਹੀਂ ਹੈ ਜੈਸਮਿਨ ਨੇ ਆਪਣੀ ਗਾਇਕੀ ਦੇ ਕਰੀਅਰ ਦੇ ਵਿੱਚ ਇੰਡਸਟਰੀ ਨੂੰ ਜ਼ਬਰਦਸਤ ਗੀਤ ਦਿੱਤੇ ਨੇ ਜਿਨ੍ਹਾਂ ਨੂੰ ਹਾਲੀ ਤੱਕ ਵੀ ਲੋਕ ਪਸੰਦ ਕਰਦੇ ਨੇ ਅਤੇ ਲਗਾਤਾਰ ਲੋਕ ਉਹਨਾਂ ਦੇ ਗੀਤਾਂ ਨੂੰ ਸੁਣਦੇ ਨੇ ਜੈਸਮੀਨ ਆਪਣੇ ਗੀਤਾਂ ਦੇ ਨਾਲ ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਸੁਰੱਖਿਆ ਦੇ ਵਿੱਚ ਰਹੀ ਆ। ਸੋ ਖਾਸ ਕਰਕੇ ਉਸ ਦੀਆਂ ਸੋਸ਼ਲ ਮੀਡੀਆ ਦੀਆਂ ਜੋ ਪੋਸਟਾਂ ਨੇ ਉਹ ਸਭ ਦਾ ਧਿਆਨ ਆਪਣੇ ਵੱਲ ਖਿੱਚਦੇ ਰਹਿੰਦੇ ਨੇ। ਜੈਸਮੀਨ ਨੇ ਇੱਕ ਨਵੀਂ ਪੋਸਟ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਜਿਸ ਨੇ ਕਿ ਸਭ ਦਾ ਧਿਆਨ ਇੱਕ ਵੱਲ ਮੋੜ ਤੋਂ ਖਿੱਚ ਲਿਆ। ਉਹਨਾਂ ਨਵੀਂ ਪੋਸਟ ਦੇ ਵਿੱਚ ਗੈਰੀ ਸੰਧੂ ਤੇ ਤੰਜ ਕਰਦੀ ਹੋਈ ਨਜ਼ਰ ਆ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਵੱਲੋਂ ਗੈਰੀ ਸੰਧੂ ਨੂੰ ਕਾਫੀ ਖੁਸ਼ ਆਖਿਆ ਗਿਆ ਸੀ ਉਹ 스노ਫਲੇਕ ਯਾਨੀ ਕਿ برف ਵਰਗਾ ਫੀਲ ਕਰ ਗਿਆ ਜੋ ਸਮਾਂ ਤੋਂ ਹੇਠਾਂ ਟਿਕਦਾ ਹੈ ਬਿਲਕੁਲ ਸ਼ੁੱਧ ਅਤੇ ਸਾਫ ਹੋ ਗਈਆਂ ਮੈਂ ਆਪਣੀ ਆਤਮਾ ਨੂੰ ਸ਼ੁੱਧ ਕਰਨ ਤੇ ਵਿੱਚ ਕਾਫੀ ਲੰਬਾ ਸਮਾਂ ਲੱਗਿਆ ਹਾਲਾਂਕਿ ਖਰਾਬ ਜ਼ਿੰਦਗੀ ਦਾ ਇਲਜ਼ਾਮ ਹਾਲਾਤਾਂ ਤੇ ਲੋਕਾਂ ਤੇ ਲਗਾਉਣਾ ਆਸਾਨ ਹੁੰਦਾ ਹੈ ਪਰ ਇਹ ਜ਼ਰੂਰੀ ਆ ਕਿ ਮੈਂ ਖੁਦ ਆਪਣੇ ਅਤੀਤ ਦੀ ਜ਼ਿੰਮੇਵਾਰੀ ਲਵਾਂ ਮੈਨੂੰ ਆਪਣੇ ਅਤੀਤ ਤੋਂ ਬਹੁਤ ਗਿਲੇ ਸ਼ਿਕਵੇ ਨੇ ਉਹ ਇਹ ਵੀ ਲਿਖਦੇ ਨਹੀਂ ਕਿ ਕਈ ਸਾਲਾਂ ਤੱਕ ਮੈਂ ਆਪਣੇ ਮੋਢਿਆਂ ਤੇ ਸਵੈ ਦੋਸ਼ ਵਾਲੀ ਭਾਵਨਾ ਦਾ ਭਾਰ ਚੁੱਕ ਕੇ ਫਿਰ ਦੀ ਰਹੀ ਮੇਰੇ ਨਾਲ ਬਹੁਤ ਧੋਖੇ ਹੋਏ ਪਰ ਮੈਨੂੰ ਇਸ ਦੇ ਲਈ ਖੁਦ ਦੀ ਜ਼ਿੰਮੇਵਾਰੀ ਚੁਕਣੀ ਹੋਵੇਗੀ ਮੈਨੂੰ ਪਹਿਲਾਂ ਵੀ ਲੋਕਾਂ ਨੂੰ ਮਾਫ ਕਰ ਦੇਣਾ ਚਾਹੀਦਾ ਸੀ ਪਰ ਹੁਣ ਉਹ ਫਿਰ ਤੋਂ ਆਪਣੇ ਆਪ ਨੂੰ ਅੰਦਰ ਤੋਂ ਖੂਬਸੂਰਤ ਫੀਲ ਕਰ ਰਹੀ ਹੈ ਕਿਉਂਕਿ ਮੈਂ ਬਦਸੂਰਤ ਭਾਵਨਾਵਾਂ ਦਾ ਭਾਰ ਹੁਣ ਆਪਣੇ ਮੋਢਿਆਂ ਤੋਂ ਉਤਾਰ ਦਿੱਤਾ ਹੈ ਆਪਣੀਆਂ ਸੁਪਨਿਆਂ ਦੀ ਪੂਰਤੀ ਦੇ ਵਿੱਚ ਮੈਂ ਹਮੇਸ਼ਾ ਆਪਣੇ ਐਨਰਜੀ ਨੂੰ ਕੰਟਰੋਲ ਕਰਦੀ ਰਹੀ ਸੋ ਕਾਬਲੇ ਕੋਰਾ ਜੈਸਮਿਨ ਸੈਂਡਲਸ ਲੰਬੇ ਸਮੇਂ ਤੱਕ ਗੈਰੀ ਸੰਧੂ ਦੇ ਨਾਲ ਰਿਸ਼ਤੇ ਦੇ ਵਿੱਚ ਸੀ ਸੋ ਜਿਹਦੇ ਵਿੱਚ 2017 ਦੇ ਵਿੱਚ ब्रेकअप ਹੋਇਆ ਸੀ ਇਸ ਪ੍ਰੋਇੰਗ ਕਪਨੀ ਉਸਤੇ ਇਸ ਹੱਦ ਤੱਕ ਤੋੜਿਆ ਕਿ ਉਹ 5 ਸਾਲਾਂ ਦੇ ਲਈ ਪੰਜਾਬ ਤੋਂ ਗਾਇਬ ਹੋ ਗਈ ਸੀ ਪਰ ਸਾਲ 2022 ਦੇ ਵਿੱਚ ਮੁੜ ਪੰਜਾਬ ਪਰਤੀ ਆਪਣੀਆਂ ਸੋਸ਼ਲ ਮੀਡੀਆ ਦੇ ਵਿੱਚ ਜੈਸਮਿਨ ਅਕਸਰ ਗੈਰੀ ਤੇ ਨਿਸ਼ਾਨੇ ਲਗਾਉਂਦੀ ਰਹਿੰਦੀ ਤੇ ਹੁਣ ਤਾਜ਼ਾ ਪੋਸਟ ਨੂੰ ਦੇਖਦੇ ਹੋਏ ਅੰਦਾਜ਼ਾ ਲਗਾ ਸਕਦਾ ਹੈ ਕਿ ਉਸਨੇ ਆਪਣੇ ਅਤੀਤ ਨੂੰ ਭੁਲਾ ਕੇ ਗੈਰੀ ਸੰਧੂ ਨੂੰ ਮਾਫ ਕਰ ਦਿੱਤਾ ਸੋ ਦੇਖਣਾ ਹੋਵੇਗਾ ਇਸ ਤਰੀਕੇ ਦੇ ਨਾਲ ਗੈਰੀ ਸੰਧੂ ਇਸੀ ਪੋਸਟ ਨੂੰ ਕਿਵੇਂ ਦੇਖਦੇ ਨੇ ਸੋ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੁਹਾਨੂੰ ਫਾਟ